ਨਸ਼ਾ ਵੇਚਣ ਤੋਂ ਮਨਾ ਕੀਤਾ ਤਾਂ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਇੱਥੇ ਹੀ ਜੋ ਹੈ ਉਹ ਬਦਮਾਸ਼ ਨਹੀਂ ਰੁਕੇ। ਜਦੋਂ ਨੌਜਵਾਨ ਜ਼ਖਮੀ ਹੋ ਗਿਆ ਤਾਂ ਉਸਦੇ ਪਰਿਵਾਰਕ ਮੈਂਬਰ ਪਹਿਲਾਂ ਉਸਨੂੰ ਥਾਣੇ ਦੇ ਵਿੱਚ ਲੈ ਕੇ ਪਹੁੰਚੇ, ਪਰ ਜਦੋਂ ਥਾਣੇ ਵਾਲਿਆਂ ਨੇ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਣ ਲਈ ਕਿਹਾ ਤਾਂ ਜਿਵੇਂ ਹੀ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪਹੁੰਚੇ ਤਾਂ ਬਦਮਾਸ਼ ਨੇ ਉੱਥੇ ਵੀ ਪਹੁੰਚ ਕੇ ਉਸਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਸਿਵਲ ਹਸਪਤਾਲ ਦੇ ਵਿੱਚ ਵੀ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬਦਮਾਸ਼ ਦੇ ਵੱਲੋਂ ਕਿਹਾ ਜਾ ਸਕਦਾ ਹੈ ਕਿ ਇੱਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ। ਪਹਿਲਾਂ ਤਾਂ ਉਸਦੇ ਘਰ ਦੇ ਵਿੱਚ ਵੜ ਕੇ ਮਾਰਕੁੱਟ ਕੀਤੀ ਜਾਂਦੀ ਹੈ, ਹਾਲਾਂਕਿ ਜਦੋਂ ਉਹ ਅੱਧਮਰਿਆ ਹੋ ਜਾਂਦਾ ਤਾਂ ਉਸਦਾ ਜੋ ਪਿਤਾ ਹੈ ਉਹ ਉਸਨੂੰ ਲੈ ਕੇ ਥਾਣੇ ਦੇ ਵਿੱਚ ਮਦਦ ਲਈ ਪਹੁੰਚਦਾ, ਪਰ ਥਾਣੇ ਵਾਲਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਓ। ਪਰ ਬਦਮਾਸ਼ ਉੱਥੇ ਵੀ ਨਹੀਂ ਰੁਕਦਾ, ਉਸਦੇ ਮਗਰ ਜਾ ਕੇ ਉੱਥੇ ਵੀ ਉਸਦੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦਾ। ਤਾਂ ਸਿਵਲ ਹਸਪਤਾਲ ਦੇ ਵਿੱਚ ਵੀ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਕਿਉਂਕਿ ਹਸਪਤਾਲ ਦੇ ਵਿੱਚ ਵੜ ਕੇ ਇੱਕ ਨੌਜਵਾਨ 'ਤੇ ਹਮਲਾ ਕੀਤਾ ਗਿਆ। ਪਹਿਲਾਂ ਘਰ ਦੇ ਵਿੱਚ ਉਸ ਨਾਲ ਕੁੱਟਮਾਰ ਕੀਤੀ, ਪਰ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਵੀ ਬਦਮਾਸ਼ਾਂ ਨੇ ਉਸਦਾ ਖਹਿੜਾ ਨਹੀਂ ਛੱਡਿਆ। ਉੱਥੇ ਵੀ ਜਾ ਕੇ ਉਸਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੌਜਵਾਨ ਦੀ ਜਾਨ ਚਲੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਉਹ ਤੁਸੀਂ ਖੁਦ ਹੀ ਸੁਣ ਲਓ। ਮੇਰੇ ਹਸਬੈਂਡ ਨੂੰ ਮਾਰਿਆ ਹੋਇਆ ਇਹਨਾਂ ਨੇ ਤੇ ਕਿ ਸਾਡੀ ਗੱਲ ਦੱਸਾਂ ਸਾਰੀ ਗੱਲ ਇਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਂ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤ
ਉਹਨੂੰ ਇਹ ਹੈਗਾ ਕਿ ਕੈਮਰੇ ਕਿਉਂ ਲਵਾਏ ਨੇ, ਲੜਾਈ ਕਿਸ ਵਜ੍ਹਾ ਦੀ ਹੋਈ, ਲੜਾਈ ਐਸੇ ਗੱਲੋਂ ਹੋਈ ਹੈ ਕੈਮਰੇ ਬਸ ਹੁਣ ਨਹੀਂ ਕਿਸੇ ਗੱਲੋਂ। ਦਾਤਰ ਉੱਥੇ ਘਰੇ ਮਾਰਿਆ, ਦਾਤਰ ਪਹਿਲੇ ਮਾਰਿਆ ਵਾ, ਡੈਡੀ ਦੇ ਵੱਜ ਗਿਆ ਵਾ, ਡੈਡੀ ਦੇ ਇੰਨਾ ਡੋਂਗ ਹੈਗਾ ਵਾ ਤੇ ਇੰਨਾ ਚੌੜਾ ਹੈ, ਡੈਡੀ ਦੇ ਮੁਲਾਜ਼ਾ ਕਰਵਾ ਕੇ ਪੱਟੀ ਕਰਵਾਉਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ, ਮਗਰੇ ਆ ਗਏ। ਹਾਂਜੀ ਇੱਥੇ ਮਾਰ ਕੇ ਗਏ ਨੇ, ਅਸੀਂ ਵੇਖੇ ਨੀ। ਮੈਂ ਆਉਂਦੀ ਪਈ ਸੀ, ਮੈਂ ਰਾਹ 'ਚ ਸੀਗੀ ਤੇ ਦੋਵੇਂ ਭਰਾ ਸੀ, ਮਾਂ ਸੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ, ਭੈਣ ਕਹਿੰਦੀ ਕੋਈ ਗੱਲ ਨੀ ਜਾ ਤੂੰ ਮਾਰਾ। ਹਾਂਜੀ ਹੌਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ, ਪੁਲਿਸ ਵਾਲਿਆਂ ਨੇ ਕੁਛ ਨੀ ਕੀਤਾ, ਪੁਲਿਸ ਵਾਲਿਆਂ ਨੇ ਕੁਛ ਨਹੀਂ, ਪੁਲਿਸ ਵਾਲੇ ਵੀ ਇੱਥੇ ਹੀ ਆ ਗਏ, ਪੁਲਿਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰਫ ਲੋਡ ਹੀ ਮਾਰੀ, ਪੁਲਿਸ ਵਾਲੇ ਕਹਿੰਦੇ ਲੋਡ ਵੱਜੀ, ਬਸ ਪੁਲਿਸ ਵਾਲੇ ਨੇ ਉਹਨੂੰ ਫੜਿਆ ਨੀ, ਪੁਲਿਸ ਵਾਲੇ ਕਹਿੰਦੇ ਲੋਡ ਵੱਜੀ, ਗੋਲੀ ਨੀ ਮਾਰੀਏ, ਲੋਡ ਨਾਲ ਭਾਜੀ ਬੰਦਾ ਨੀ ਮਰਦਾ ਕਦੀ, ਇਹਨਾਂ ਦੇ ਤੁਸੀਂ ਵੀ ਸਮਝਦਾਰ ਜੇ, ਲੋਡ ਨਾਲ ਨੀ ਬੰਦਾ ਮਰਦਾ, ਗੋਲੀ ਮਾਰੀ ਹੋ ਵੇਖ ਲਓ। ਤੇ ਪੁਲਿਸ ਵਾਲੇ ਕਹਿੰਦੇ ਜੇ ਦਾਤਾ ਉਤਾ ਮਾਰਿਆ ਹੁੰਦਾ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋ ਖੂਨ ਹੁੰਦਾ, ਕੱਪੜੇ ਉਹਦੇ ਸਾਰੇ ਪਾੜਤੇ ਨੇ, ਸਾਰੀ ਗੋਲੀ ਦਾ ਨਿਸ਼ਾਨ ਹੈ, ਸਭ ਕੁਛ ਹੈਗਾ ਵਾ, ਤੇ ਬੰਦਾ ਪੁੱਛੇ ਹੁਣ ਕਿੱਦਾਂ ਯਕੀਨ ਕਰੀਏ ਉਹਨਾਂ ਤੇ। ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ਼ ਦਿੱਤਾ ਜੇ ਉਹਨਾਂ ਨੂੰ। ਮੇਰਾ ਨਾਮ ਰੀਨਾ ਵਾ, ਮੇਰਾ ਭਰਾ ਅੰਦਰ ਮਾਰਤਾ ਛੋਟੇ ਰਾਜਨ ਨੇ, ਨਹੀਂ ਨਹੀਂ ਦੁਸ਼ਮਣੀ ਕਾਹਦੀ ਸਾਡੀ, ਉਹ ਚਿੱਟਾ ਵੇਚਦਾ ਸੀ ਛੋਟਾ ਰਾਜਨ ਦੇ ਨਾਲ ਕਾਕਾ ਸੁਨੀਤਾ ਰਾਣੀ, ਨਿਊ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ, ਪੂਰੀ ਪੂਰੀ ਮੈਂ ਕਹਿੰਦੀ ਹਾਂ ਉੱਥੇ ਦਾਤਰ ਚਲਾਏ, ਇੱਟਾਂ ਚਲਾਈਆਂ ਸਾਡੇ ਘਰ।
ਤੇ ਹੁਣ ਹੋਇਆ ਕੀ ਗਿਆ? ਹੁਣ ਉਹਨੇ ਜਦੋਂ ਮੈਂ ਡੈਡੀ ਤੇ ਵੱਜੀ ਆ ਆਇਆ ਵਾ ਹੱਥੀ ਪਿਆ ਵਾ ਉਹਤੇ ਹੱਥੀ ਪਿਆ ਮੇਰੇ ਬੂਹੇ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਹਾ ਬੰਦ ਕੀਤਾ ਡੈਡੀ ਤੇ ਦਾਤਰ ਵੱਜ ਗਿਆ ਵਾ ਹੱਥ 'ਚ ਜਦੋਂ ਅਸੀਂ ਬੂਹਾ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਸੱਟ ਜ਼ਿਆਦਾ ਲੱਗ ਗਈ ਮੈਂ ਕਿਹਾ ਜਾ ਕੇ ਤੇ ਡੈਡੀ ਨੂੰ ਥਾਣੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਇਹਨੇ ਕੀ ਕੀਤਾ ਵਾ ਉਹ ਬਾਅਦ 'ਚ ਅਸੀਂ ਥਾਣੇ ਆਏ ਮਾਂ ਨੂੰ ਮਾਂ ਕਾਕਾ ਅਤੇ ਨਾਲ ਕੀ ਕਹਿੰਦੇ ਛੋਟਾ ਰਾਜਨ ਮੈਨੂੰ ਨੀ ਕੁਝ ਪਤਾ ਹਾਂ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੁਲਿਸ ਕਾਰਵਾਈ ਕਰੇ ਉਹਦੇ ਤੇ ਹੁਣ ਤਿੰਨੇ ਜਾਣਿਆਂ ਨੂੰ ਅੰਦਰ ਕਰਨ ਕੋਈ ਗੱਲ ਨੀ ਲੜਾਈ ਹੋਈ ਸ਼ਹੀਦ ਊਧਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀਗੇ ਤੇ ਇਹਨਾਂ ਦੀ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਇੱਥੇ ਖੰਜਰ ਮਾਰਿਆ ਗਿਆ ਇੱਥੇ ਕੁਛ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਆਲੇ ਦੁਆਲੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਭੱਜ ਗਿਆ ਲੋਕ ਕੋਈ ਨਹੀਂ ਭੱਜ ਕੇ ਗਿਆ ਆਪਾਂ ਚੈੱਕ ਕਰ ਲਿਆ ਕੋਈ ਕਿਸੇ ਬੰਦੇ ਦੇ ਕੋਈ ਅਰੈਸਟ ਵਗੈਰਾ ਹੋਈ ਨਹੀਂ ਸਰ ਕੁਛ ਨਹੀਂ